ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਪ੍ਰਵਾਸੀ ਦੀ ਟੀਮ ਪਹੁੰਚੀ ਹੈ ਐਟ ਦ ਗ੍ਰੈਂਡ ਓਪਨਿੰਗ ਆਫ ਗ੍ਰੇਟ ਪੰਜਾਬ ਸੁਪਰ ਮਾਰਕੀਟ ਇਹ ਲੋਕੇਟਡ ਹੈ ਮਾਲਟਨ ਗੁਰੂ ਘਰ ਦੇ ਬਿਲਕੁਲ ਪਿੱਛੇ ਜਿਹੜਾ ਪਲਾਜ਼ਾ ਹੈ ਗ੍ਰੇਟ ਪੰਜਾਬ ਪਲਾਜ਼ਾ 'ਚ ਟੂਡੇ ਇਜ਼ ਦ ਗ੍ਰੈਂਡ ਓਪਨਿੰਗ ਇਟਸ ਅ ਕੋਲਡ ਡੇ ਬਟ ਵੀ ਕੈਨ ਸੀ ਅ ਲੋਟ ਆਫ ਪੀਪਲ ਪੋਰਿੰਗ ਇਨ ਗ੍ਰੇਟ ਪੰਜਾਬ ਸੁਪਰ ਮਾਰਕੀਟ ਔਰ ਸਾਡੇ ਪ੍ਰਵਾਸੀ ਦੇ ਰਿਪੋਰਟਰ ਪ੍ਰਭ ਅੱਜ ਪ੍ਰਭ ਨੂਰ ਹੋਰ ਉੱਥੇ ਪਹੁੰਚੇ ਹੋਏ ਨੇ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਤੁਸੀਂ ਕੁਲਵੀਰ ਗਿੱਲ ਹੋਰਾਂ ਦੀ ਜ਼ੁਬਾਨੀ ਸੁਣ ਲਿਆ ਸੀ ਕੀ ਕੁਝ ਸਪੈਸ਼ਲ ਹੈ ਵੀਕਐਂਡ ਤੇ ਇਸ ਸੇਲ ਦੇ ਦੌਰਾਨ ਆਉਣ ਵਾਲੇ ਦਿਨਾਂ 'ਚ ਕੀ ਕੁਝ ਸਪੈਸ਼ਲ ਹੈ ਪਤਾ ਕਰਦੇ ਹਾਂ ਹਾਂਜੀ ਮਨਿੰਦਰ ਤੁਹਾਡਾ ਸਵਾਗਤ ਕਰ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਰਾਈਟ ਨਾਓ ਜਸਟ ਗ੍ਰੈਂਡ ਓਪਨਿੰਗ ਕੀਤੀ ਆ ਸੋ ਦੀ ਐਂਡ ਇੱਥੇ ਬਹੁਤ ਹੀ ਅਸੀਂ ਵਧੀਆ ਡੀਲ ਲਗਾਈਆਂ ਹੋਈਆਂ ਐਂਡ ਰਾਈਟ ਨਾਓ ਸਾਨੂੰ ਬਹੁਤ ਹੀ ਅੱਛਾ ਹੁੰਗਾਰਾ ਮਿਲ ਗਿਆ ਆ ਬਹੁਤ ਸਾਰੇ ਕਸਟਮਰਸ ਇੱਥੇ ਪੁੱਜੇ ਹੋਏ ਨੇ ਜਿਹਨਾਂ ਨੇ ਆਪਣੀਆਂ ਬਾਸਕਿਟਸ ਭਰੀਆਂ ਹੋਈਆਂ ਆ ਤੇ ਸਾਡੇ ਕੋਲ ਬਹੁਤ ਅੱਛੇ ਡੀਲ ਲੱਗੇ ਹੋਏ ਆ ਜਿਹਨਾਂ ਵਿੱਚੋਂ ਮੈਂ ਕੁਛ ਤੁਹਾਨੂੰ ਸ਼ੇਅਰ ਕਰਨਾ ਚਾਹੂੰਗੀ ਜਿੱਦਾਂ ਕਿ ਦੁੱਧ ਲੱਗਾ ਹੋਇਆ ਆ ਸਟੀਲ ਚੈਸ 2% ਲੂਕ ਲਾਇਆ ਹੋਇਆ 495 ਬਿਲੋ ਦਾ ਕੋਸਟ ਲੱਗਾ ਹੋਇਆ ਆ ਐਂਡ ਅਦਰ ਥਿੰਗ ਸ਼ੇਅਰ ਆਟਾ 1195 $12 ਦਾ ਸਿਰਫ ਆਟਾ ਲੱਗਾ ਹੋਇਆ ਆ ਜਿਹੜਾ ਕਿਸੇ ਵੀ ਤੁਹਾਨੂੰ ਨਹੀਂ ਮਿਲੇਗਾ ਸੋ ਮੈਂ ਸਾਰਿਆਂ ਨੂੰ ਸਦਾ ਦੇਣਾ ਚਾਹੂੰਗੀ ਸਾਰੇ ਇੱਥੇ ਆਉਣ ਤੇ ਆ ਕੇ ਇਹ ਵਾਲੇ ਸਾਰੀਆਂ ਡੀਲਸ ਲੈਣ ਤੇ ਆਪਣੀ ਜਿੰਨੀ ਤੋਂ ਜ਼ਿਆਦਾ ਸੇਵਿੰਗ ਹੋ ਸਕਦੀ ਆ ਉਹ ਸਾਰੇ ਕਰੋ ਬਿਲਕੁਲ ਠੀਕ ਥੈਂਕ ਯੂ ਸੋ ਮਚ ਮਨਿੰਦਰ ਔਰ ਕੋਈ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਬੜਾ ਵੱਡਾ ਪਲਾਜ਼ਾ ਹੈ ਮਾਲਟਨ ਗੁਰਦੁਆਰੇ ਦੇ ਨਾਲ ਵਾਲਾ ਵੱਡਾ ਪਲਾਜ਼ਾ ਗ੍ਰੇਟ ਪੰਜਾਬ ਪਲਾਜ਼ਾ ਐਂਟਰ ਕਰਦੇ ਹੀ ਸੱਜੇ ਪਾਸੇ ਹੈ ਇਹ ਬੜਾ ਖੂਬਸੂਰਤ ਬਣਿਆ ਨਵਾਂ ਗ੍ਰੇਟ ਪੰਜਾਬ ਸੁਪਰ ਮਾਰਕੀਟ ਥੈਂਕ ਯੂ ਮਨਿੰਦਰ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ ਵੈਲਕਮ ਟੂ ਦੀ ਗ੍ਰੇਟ ਪੰਜਾਬ ਸੁਪਰ ਮਾਰਕੀਟ ਐਂਡ ਵੈਲਕਮ ਟੂ ਆਵਰ ਗ੍ਰੈਂਡ ਓਪਨਿੰਗ ਹੈਪੀ ਫੈਮਿਲੀ ਡੇ ਲੌਂਗ ਵੀਕਐਂਡ there are people who have worked very hard to open these doors for you today. So thank you to them. Thank you to the community. Thank you to our friends who came out here to support us today. And more likely who came out for the pressure cookers. But those are for you and that's okay. And we're so glad that you came. Last but very not least, thank you to Kulvira Gill, the board chair of Seva Food Bank. He is an absolute pillar of our community, and Seva Food Bank is an absolute pillar of community. Their focus on culturally appropriate food has taken us and this entire Malton community through very difficult times before, during, and now after the pandemic. So thank you so much, Kulvir. I know you took time out of your very busy schedule to come and support us today. And we absolutely appreciate, we're absolutely honored to have you and to have your family here with us today and help us open the Great Punjab Supermarket. So thank you so much and we'll cut the ribbon now. Guys, we're going to let you in just a minute. ਗ੍ਰੇਟ ਪੰਜਾਬ ਸੁਪਰ ਮਾਰਕੀਟ ਦੀ ਜੋ ਖਾਸੀਅਤ ਆ ਅਸੀਂ ਜੋ ਫਲ ਫਰੂਟ ਨੇ ਦਾਲਾਂ ਸਬਜ਼ੀਆਂ ਨੇ ਅਸੀਂ ਦਿਨ ਦੇ ਵਿੱਚ 3 ਵਾਰੀ ਇਹਨਾਂ ਦੀ ਇੰਸਪੈਕਸ਼ਨ ਕਰਦੇ ਹਾਂ ਜਦੋਂ ਵੀ ਸਾਨੂੰ ਕੋਈ ਲੱਗਦਾ ਕੋਈ ਚੀਜ਼ ਗਲਤ ਆ ਜਾਂ ਖਰਾਬ ਆ ਅਸੀਂ ਉਸ ਨੂੰ ਟਾਈਮ ਟੂ ਟਾਈਮ ਰਿਪਲੇਸ ਕਰਦੇ ਸੋ ਜੇ ਅਸੀਂ ਕਹਿ ਰਹੇ ਹਾਂ ਕਿ ਤਾਜ਼ੀ ਆ ਤਾਂ ਤਾਜ਼ੀ ਆ ਦੂਜਾ ਚੀਜ਼ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਦੀ ਮੈਂਟੇਨੈਂਸ ਇਹਦੀ ਜਿਹੜੀ ਮੈਂਟੇਨੈਂਸ ਆ ਇਸ ਦੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਸਾਡੀ ਖਾਸੀਅਤ ਆ ਕੋਈ ਵੀ ਆਪਾਂ ਜੋ ਦੇਖਦੇ ਹਾਂ ਪੰਜਾਬੀ ਸਟੋਰ ਇੰਨਾ ਸਾਫ਼ ਸੁਥਰਾ ਇੰਨਾ ਵੈਲ ਆਰਗੇਨਾਈਜ਼ ਨਹੀਂ ਹੋ ਸਕਦਾ ਸੋ ਅਸੀਂ ਪਿਛਲੇ 2-3 ਵੀਕਸ ਤੋਂ ਕਿਉਂਕਿ ਸੌਫਟ ਓਪਨਿੰਗ ਹੋ ਚੁੱਕੀ ਸੀ 2 ਵੀਕ ਪਹਿਲਾਂ ਐਂਡ ਸਾਰਾ ਧਿਆਨ ਸਾਡੇ ਇਹਨੂੰ ਸੀ ਕਿ ਕਿਸ ਹਿਸਾਬ ਨਾਲ ਅਸੀਂ ਇਹਨੂੰ ਵੈਲ ਆਰਗੇਨਾਈਜ਼ ਕੀਤਾ ਜਾ ਸਕੇ ਸੋ ਘੱਟ ਪ੍ਰਾਈਸ ਤਾਂ ਹੈ ਹੀ ਨਹੀਂ ਜੇ ਤੁਸੀਂ ਦੇਖੋਗੇ ਜੋ ਰੈੱਡ ਅਨੀਅਨ ਆਪਾਂ ਗੱਲਬਾਤ ਕਰੀਏ ਰੈੱਡ ਅਨੀਅਨ ਜਿੱਥੋਂ ਆਮ $6-7 ਦਾ ਜਿਹੜਾ ਬੈਗ ਮਿਲਦਾ ਹੁੰਦਾ ਹੈ ਅਤੇ ਅਸੀਂ ਸਿਰਫ 495 ਦਾ ਲਗਾਇਆ ਫੈਮਿਲੀ ਡੇ ਵਾਲੇ ਮੰਡੇ ਦੇ ਦਿਨ 20 ਫਰਵਰੀ ਤੱਕ ਚੱਲਣੀਆਂ ਅਤੇ ਦਾਲਾਂ ਸਬਜ਼ੀਆਂ ਦਾ ਟੂਰ ਸਾਨੂੰ ਨਾਲ ਦੀ ਨਾਲ ਦੇ ਰਹੇ ਹਾਂ ਅਤੇ ਲਗਾਤਾਰ ਸਾਡੇ ਜਿਹੜੇ ਬੰਦੇ ਨੇ ਫਲ ਫਰੂਟਾਂ ਨੂੰ ਅਸੀਂ ਟਾਈਮ ਟੂ ਟਾਈਮ ਜਿਹੜਾ ਇਸ ਨੂੰ ਇੰਸਪੈਕਸ਼ਨ ਕਰ ਰਹੇ ਹਾਂ ਐਂਡ ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਜਿਹੜੀ ਕਮਿਊਨਿਟੀ ਨੂੰ ਵਧੀਆ ਫਰੈਸ਼ ਦਾਲਾਂ ਸਬਜ਼ੀਆਂ ਪ੍ਰੋਵਾਈਡ ਹੋਣ ਅਤੇ ਉਹ ਵੀ ਘੱਟ ਪ੍ਰਾਈਸ ਦੇ ਉੱਤੇ ਸਟੋਕ ਸਾਰਾ ਸਟੋਕ ਆਪਾਂ ਤੁਹਾਨੂੰ ਵਰਾਇਟੀ ਜਿਹੜੀ ਮਿਲਣੀ ਆ ਉਹ ਬਾ ਕਮਾਲ ਮਿਲਣੀ ਆ ਹਰ ਪ੍ਰੋਡਕਟ ਦੇ ਵਿੱਚ ਵਰਾਇਟੀ ਮਿਲਣੀ ਆ ਹੈਪੀ ਪਨੀਰ ਜਿਹੜਾ ਕਿ ਆਮ ਤਕਰੀਬਨ $5-6 ਦਾ ਹੁੰਦਾ ਗਾ ਉਹ ਵੀ ਅਸੀਂ $375 ਦੇ ਉੱਤੇ ਲਗਾਇਆ ਗਾ ਮਧਾਨੀ ਦਹੀਂ ਤੁਸੀਂ ਦੇਖ ਸਕਦੇ ਹੋ ਸਿਰਫ
$2.45 ਦੇ ਵਿੱਚ ਤੇ ਜਿਹੜਾ ਮਧਾਨੀ ਦਹੀਂ ਦਾ 2 ਤੋਂ 3% ਵਾਲਾ ਉਹ ਸਿਰਫ $1.99 ਦੇ ਵਿੱਚ। ਇਸੇ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਹੋ ਇੱਧਰ ਸਰਦੀਆਂ ਜਿਹੜੀਆਂ ਕੂਲਰ ਵਾਲੀਆਂ ਨੇ ਕੂਲਰ ਵਾਲੀ ਆਈਟਮਾਂ ਨੇ ਐਂਡ ਕੂਲਰ ਵਾਲੀ ਆਈਟਮਾਂ ਦੇ ਵਿੱਚ ਜਿਹੜਾ ਦੁੱਧ ਮਿਲਕ ਲਗਾਇਆ ਉਹ ਸਿਰਫ $4.95 ਦੇ ਵਿੱਚ। ਨਾਨਕ ਖੋਆ ਜੀ ਸਰਦੀਆਂ ਦੇ ਵਿੱਚ ਖੋਆ ਨਹੀਂ ਖਾਧਾ ਤਾਂ ਕੀ ਖਾਧਾ, ਸੋ ਖੋਏ ਦੇ ਉੱਤੇ ਵੀ ਅਸੀਂ $3 ਦਾ ਖਾਸ ਡਿਸਕਾਊਂਟ ਲਗਾਇਆ ਅਤੇ ਸਿਰਫ $5.95 ਜਿਹੜਾ ਇਸ ਦਾ ਰੇਟ ਦੱਸਿਆ ਜਾ ਰਿਹਾ ਖਾਸ ਕਮਿਊਨਿਟੀ ਦੇ ਲਈ। ਰੋਟੀ ਤੋਂ ਬਾਅਦ ਡਿਨਰ ਤੋਂ ਬਾਅਦ ਜਦੋਂ ਰਸ ਮਲਾਈ ਗੁਲਾਬ ਜਾਮਣਾ ਖਾਣ ਨੂੰ ਮਿਲ ਉਹਦਾ ਸਵਾਦ ਹੀ ਵੱਖਰਾ ਹੁੰਦਾ ਅਤੇ ਇਹਨਾਂ ਦਾ ਜਿਹੜਾ ਤੁਸੀਂ ਪੈਕ ਆ ਜਿਵੇਂ ਦੇਖ ਸਕਦੇ ਹੋ $4.95 ਦੇ ਵਿੱਚ ਤੁਸੀਂ ਲੈ ਸਕਦੇ ਹੋ ਅਤੇ ਸਵੀਟ ਡਿਸ਼ ਇਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਜੀ। ਉੱਥੇ ਹੀ ਜੂਸ ਬੱਚਿਆਂ ਨੂੰ ਪਿਲਾਓ ਆਪ ਪੀਓ ਮਿੰਟ ਮੇਡ ਦਾ ਜੂਸ ਆ ਇਹ ਵੀ ਸਿਰਫ $2.95 ਦੇ ਵਿੱਚ। ਅਤੇ ਜਿੱਥੇ ਕਿ ਸਾਡੇ ਕੋਲ ਵੱਖੋ ਵੱਖ ਤਰ੍ਹਾਂ ਦੀ ਗਰੋਸਰੀ ਆ ਕਰੋਕਰੀ ਆ ਘਰ ਦੇ ਵਿੱਚ ਯੂਜ਼ ਹੋਣ ਵਾਲਾ ਚਾਹੇ ਉਹ ਕੁੱਕਵੇਅਰ ਆ ਚਾਹੇ ਭਾਂਡੇ ਆ ਹਰ ਤਰ੍ਹਾਂ ਦਾ ਸਮਾਨ ਬਹੁਤ ਹੀ ਵਧੀਆ ਔਰਗੇਨਾਈਜ਼ ਤਰੀਕੇ ਦੇ ਨਾਲ ਅਤੇ ਬਹੁਤ ਹੀ ਘੱਟ ਪ੍ਰਾਈਸ ਦੇ ਉੱਤੇ ਲਗਾਇਆ ਗਿਆ ਜੀ। ਹਾਂ ਸੋ ਇਸੇ ਤਰ੍ਹਾਂ ਹੀ ਤੁਸੀਂ ਜਿਵੇਂ ਝਾਤ ਮਾਰੋਗੇ ਜੋ ਆਸੇ ਪਾਸੇ ਚਾਹੇ ਉਹ ਅਚਾਰਾਂ ਦਾ ਸੈਕਸ਼ਨ ਆ ਚਾਹੇ ਉਹ ਮਸਾਲਿਆਂ ਦਾ ਸੈਕਸ਼ਨ ਆ ਚਾਹੇ ਉਹ ਆਪਣੇ ਘਰ ਖਾਣ ਪੀਣ ਵਾਲੇ ਬਿਸਕੁਟ ਨੇ ਘੱਟ ਰੇਟਾਂ ਦੇ ਨਾਲ ਨਾਲ ਤਾਂ ਤੁਸੀਂ ਦੇਖੋਗੇ ਸਾਫ਼ ਸਫਾਈ ਅਤੇ ਅਸੀਂ ਬਹੁਤ ਧਿਆਨ ਰੱਖਿਆ ਕਿ ਕੋਈ ਵੀ ਚੀਜ਼ ਕਈ ਵਾਰ ਦੇਖਿਆ ਆਪਾਂ ਜ਼ਿਆਦਾਤਰ ਚੀਜ਼ਾਂ ਕਈ ਗਰੋਸਰੀ ਸਟੋਰ 'ਚ ਐਕਸਪਾਇਰ ਪਈਆਂ ਹੁੰਦੀਆਂ ਨੇ ਸੋ ਸਾਡੀ ਕੋਸ਼ਿਸ਼ ਆ ਸਾਡੀ ਟੀਮ ਆ ਜਿਹੜੀ ਲਗਾਤਾਰ ਟਾਈਮ ਟੂ ਟਾਈਮ ਪ੍ਰੋਡਕਟ ਚੈੱਕ ਕਰਦੀ ਆ ਉਹਨਾਂ ਦੀ ਐਕਸਪਾਇਰੀ ਡੇਟ ਚੈੱਕ ਕਰਦੀ ਆ ਅਤੇ ਜਦੋਂ ਵੀ ਕੋਈ ਚੀਜ਼ ਆ ਨਾਲ ਦੀ ਨਾਲ ਚੇਂਜ ਸੋ ਇਹ ਸਾਡੀ ਪ੍ਰਾਇਓਰਟੀ ਰਹੂਗੀ। ਬਿਸਕੁਟ ਪੌਰਲੇ ਜੀ ਦੇ ਵੱਡਾ ਪੈਕ ਆ ਸਿਰਫ $0.95 ਦੇ ਵਿੱਚ ਤੁਸੀਂ ਇਹ ਖਰੀਦ ਸਕਦੇ ਹੋ। ਅਤੇ ਹਾਂ ਇਸ ਦੇ ਨਾਲ ਨਾਲ ਹੀ ਤੁਸੀਂ ਦੇਖੋਗੇ ਜਿਹੜੀ ਸਰ੍ਹੋਂ ਦਾ ਤੇਲ ਵਾਲਾ 1 ਲੀਟਰ ਦੀ ਬੋਤਲ ਹੁੰਦੀ ਆ ਉਹ ਵੀ ਸਿਰਫ $4.95 ਦੇ ਵਿੱਚ ਤੁਸੀਂ ਲੈ ਸਕਦੇ ਹੋ। ਇਸ ਤੋਂ ਬਿਨਾਂ ਤੁਸੀਂ ਇੱਕ ਝਾਤ ਜ਼ਰੂਰ ਦੇਖੋ ਕਿ ਹਰ ਚੀਜ਼ ਵੈੱਲ ਔਰਗੇਨਾਈਜ਼ ਆ ਕਿਉਂਕਿ ਅਸੀਂ ਗ੍ਰੈਂਡ ਓਪਨਿੰਗ ਦੀ ਤਿਆਰੀ ਦੇ ਲਈ ਕਾਫ਼ੀ ਟਾਈਮ ਤੋਂ ਜੁਟੇ ਹੋਏ ਸੀਗੇ ਅਤੇ ਫਾਈਨਲੀ ਕਿਉਂਕਿ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਆ ਇਹ ਏਰੀਏ ਦੇ ਵਿੱਚ ਕੋਈ ਗਰੋਸਰੀ ਸਟੋਰ ਨਹੀਂ ਸੀਗਾ ਸੋ ਕਮਿਊਨਿਟੀ ਦੇ ਲਈ ਦੇਖਦੇ ਹੋਏ ਅਸੀਂ ਇਹ ਗਰੋਸਰੀ ਸਟੋਰ ਲੈ ਕੇ ਆਏ ਜਿਹਦੇ ਵਿੱਚ ਅਸੀਂ ਆਸ ਕਰਦੇ ਹਾਂ ਸਾਰੀ ਕਮਿਊਨਿਟੀ ਇਸ ਨੂੰ ਭਰਮਾ ਹੰਗਾਰੇ ਦੇਊਗੀ ਕਿਉਂਕਿ ਕਮਿਊਨਿਟੀ ਦਾ ਸਾਥ ਦੇਣ ਦਾ ਕਮਿਊਨਿਟੀ ਦੇ ਸਾਥ ਦੀ ਬੜੀ ਲੋੜ ਹੁੰਦੀ ਹੈ ਜਦੋਂ ਵੀ ਕੋਈ ਬਿਜ਼ਨਸ ਨਵਾਂ ਕਮਿਊਨਿਟੀ ਦੇ ਵਿੱਚ ਓਪਨ ਹੁੰਦਾ ਗਾ। ਸੋ ਗ੍ਰੇਟ ਪੰਜਾਬ ਸੁਪਰ ਮਾਰਕੀਟ ਤੁਸੀਂ ਆਪਣੇ ਦਿਲ ਦੀਆਂ ਡਾਇਰੀਆਂ 'ਤੇ ਜ਼ਰੂਰ ਨੋਟ ਕਰ ਲਓ ਜਦੋਂ ਵੀ ਗਰੋਸਰੀ ਕਰਨੀ ਆ ਹੁਣ ਕਰਨੀ ਆ ਗ੍ਰੇਟ ਪੰਜਾਬ ਸੁਪਰ ਮਾਰਕੀਟ ਤੋਂ। ਗ੍ਰੇਟ ਪੰਜਾਬ ਸੁਪਰ ਮਾਰਕੀਟ ਤੁਸੀਂ ਖੁਦ ਬਾ ਖੁਦ ਤੁਹਾਨੂੰ ਗੂਗਲ ਮੈਪ ਇਸ ਨੂੰ ਇਸ ਦੇ ਦਰਵਾਜ਼ੇ ਤੱਕ ਲੈ ਆਵੇਗਾ। ਏਅਰਪੋਰਟ ਐਂਡ ਡਰਿਊ ਰੋਡ ਦੀ ਇੰਟਰਸੈਕਸ਼ਨ ਪੈ ਜਾਂਦੀ ਆ ਮਾਲਟਨ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਸਿੱਖ ਸੰਗਤ ਅਕਸਰ ਹੀ ਵੀਕਐਂਡ 'ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਆਪਾਂ ਜੁੜਦੇ ਹਾਂ। ਮੱਥਾ ਟੇਕਣ ਤੋਂ ਬਾਅਦ ਜ਼ਰੂਰ ਇਸ ਦੇ ਨਾਲ ਹੀ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਆ ਉਹਦੇ ਕੋਰਨਰ ਦੇ ਉੱਤੇ ਜਿਹੜਾ ਆਪਣਾ ਇਹ ਗਰੋਸਰੀ ਸਟੋਰ ਆ ਗ੍ਰੇਟ ਪੰਜਾਬ ਸੁਪਰ ਮਾਰਕੀਟ 4 ਦਿਨ ਇਹ ਜਿਹੜੀ ਗ੍ਰੈਂਡ ਪ੍ਰਮੋਸ਼ਨ ਚੱਲਣੀ ਆ 17 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ। ਸੋ 4 ਦਿਨ ਇਹਦੀਆਂ ਸਪੈਸ਼ਲ ਡੀਲਾਂ ਹੋਣਗੀਆਂ। ਤੁਹਾਨੂੰ ਇੱਕ ਬਹੁਤ ਹੀ ਖਾਸ ਡੀਲ ਜ਼ਰੂਰ ਦੱਸ ਰਿਹਾ ਨਾਨਕ ਘਿਓ ਕਿਉਂਕਿ ਪੰਜਾਬੀ ਆਪਣੇ ਸਾਰੇ ਜਾਂ ਘਿਓ ਦੇ ਸਾਰੇ ਸ਼ੌਕੀਨ ਹੁੰਦੇ ਨੇ। ਨਾਨਕ ਦਾ ਘਿਓ ਜਿਹੜਾ ਕਿ ਕਾਫੀ ਵਾਰ ਦੇਖਿਆ ਆਊਟ ਆਫ ਸਟੋਕ ਹੀ ਰਹਿੰਦਾ ਪਰ ਆਪਣੇ ਕੋਲ ਸਟੋਕ ਦੇ ਵਿੱਚ ਵੀ ਆ ਅਤੇ ਆਮ ਤੌਰ 'ਤੇ ਆਪਾਂ ਦੇਖੇ ਗਏ ਸੀ ਤਕਰੀਬਨ $30 ਤੱਕ ਇਸ ਦੀ ਪ੍ਰਾਈਸ ਹੁੰਦੀ ਆ ਪਰ ਖਾਸ ਕਮਿਊਨਿਟੀ ਦੇ ਲਈ $21.95 ਪਰ ਇਹ ਡੀਲ ਰਹਿਣੀ ਸਿਰਫ 4 ਦਿਨ ਹੀ ਆ। ਸੋ ਤੁਸੀਂ ਆਪਣਾ ਘੱਟ ਰੇਟ ਘੱਟ ਪ੍ਰਾਈਸ ਦਾ ਫਾਇਦਾ ਉਠਾਉਣਾ ਜ਼ਰੂਰ ਵਿਜਿਟ ਕਰਿਓ ਗ੍ਰੇਟ ਪੰਜਾਬ ਸੁਪਰ ਮਾਰਕੀਟ। 4 ਦਿਨ ਇਸ ਦੀਆਂ ਸਪੈਸ਼ਲ ਡੀਲਾਂ ਲੱਗਣਗੀਆਂ ਕਿਉਂਕਿ ਘਿਓ ਦੇ ਵਿੱਚ ਜਿੱਥੇ ਤੁਸੀਂ ਆਪਣੇ $8 ਸੇਵ ਕਰੋਗੇ ਸਰ੍ਹੋਂ ਦੀ ਬੋਤਲ ਦੇ ਵਿੱਚ ਤੁਸੀਂ $3 ਸੇਵ ਕਰੋਗੇ $4.95। ਹਰ ਸੈਕਸ਼ਨ ਦੇ ਵਿੱਚ ਸੇਲ ਆ ਦਾਲਾਂ ਸਬਜ਼ੀਆਂ ਜਿਹੜੀਆਂ ਕਿ $4 ਦਾ ਇਹ ਬੈਗ ਆ ਇਹ ਆਮ ਤੌਰ 'ਤੇ $6-7 ਦਾ ਹੁੰਦਾ ਪਰ ਇਹ ਵੀ ਤੁਹਾਨੂੰ ਸਿਰਫ $3.95 ਦਾ ਮਿਲ ਜੂਗਾ। ਯਾਨੀ ਕਿ ਆਪਾਂ ਗੱਲ ਕਰੀਏ ਆਪਾਂ 40 ਤੋਂ ਵੱਧ ਜਿਹੜੇ ਪ੍ਰੋਡਕਟ ਨੇ ਉਹਨਾਂ 'ਤੇ ਖਾਸ ਸੇਲ ਜਿਹੜੀ ਲਗਾਈ ਹੋਈ ਆ 40 ਤੋਂ ਵੱਧ ਪ੍ਰੋਡਕਟ ਤੁਸੀਂ ਬਾਏ ਕਰ ਸਕਦੇ ਹੋ ਗ੍ਰੇਟ ਪੰਜਾਬ ਸੁਪਰ ਮਾਰਕੀਟ ਤੋਂ। ਚਾਹੇ ਦਾਲਾਂ ਸਬਜ਼ੀਆਂ ਨੇ ਚਾਹੇ ਸੁੱਕੀਆਂ ਦਾਲਾਂ ਨੇ ਚਾਹੇ ਕੋਈ ਤੇਲ ਆ ਚਾਹੇ ਕੋਈ ਪੈਕਿੰਗ ਵਾਲੀਆਂ ਚੀਜ਼ਾਂ ਨੇ ਚਾਹੇ ਕੋਈ ਫਰੋਜ਼ਨ ਸਟਾਫ ਆ ਚਾਹੇ
चाह पत्ती होगी बाग बकरी की चाह पत्ती भी तुसी $9.95 दे विच लै सकते हो। इसे दे नाल नाल ही तुहानू हर सैक्शन तुसी जरूर झात मारदे जाओ कि किन्ना वधिया वैल ऑर्गेनाइज साफ सफाई नूडल खाने $1.45 दे मैंने मैगी नूडल का बड़ा पैक आ $2.95 का, क्योंकि ये भी तुसी आपदे $2.70 सेव कर रहे हो, क्योंकि $5.65 दी रेगुलर प्राइस होंगी आ। इसे नाल शाम के जिहड़े मसाले ने वह भी $2.25 के होंगे ने, पर $1.45 का जिहड़ा शाम के जिहड़े मसाले ने, मसाले क्योंकि जान होंगे हर खाने की, सो असी सोच समझ के कोई भी सैक्शन अजिहा नहीं छड़िया जिस पर प्रमोशन ना लगाई होवे, क्योंकि ग्रैंड ओपनिंग ते तां बंद ही आ। ग्रैंड ओपनिंग होवे ग्रेट पंजाब सुपरमार्केट दी होवे तां उसते प्रमोशन तां बंद ही आ। हुण तुसीं बड़े ध्यान नाल सुनना जिहड़ी कि बहुत ही मेजर सेविंग करनी आ तुसीं। पहला तो आ जी आप राइस के उत्ते, क्योंकि जो भी कोई अपना चाहे स्टूडेंट वीर भाई है ज कोई भी परिवारक मैंबर है, जल्दबाजी के आपू राइस ही सारिया सहाई होंगे ने, तो राइस जेडे फलक कंपनी के राइस आ $15.95 के सी, इस ते तुसी सेव करोगे $3.12.95 के। दावत के राइस, दावत के राइस बहुत ही ज्यादा बासमती राइस ने ते ट्रेंड के रेंदे ने, तो आम तौर पर इनकी कीमत $17-$18 वागू होंगी आ, पर इस ते तुसी $6 सेव करोगे $11.95 का जिहड़ा ये BLV वाला बैग आ, ये तुहानू चार किलो ये सिर्फ मिल जाएगा तुहानू $11.95 दे विच। इस दे नाल नाल तुसी शुगर लैनी आ, शुगर दे विच भी तुसी $3 तक सेव करोगे, $11.95 रेगुलर प्राइस है, तो $8.95 जो तुहानू मिल जूगी। तो शेर आटा असी सॉफ्ट ओपनिंग की सी, शेर आटे पर प्रमोशन आई सी, इन्ना पर महंगारा मिले, तो खास तौर पर हम 15 स्किडा सिर्फ ग्रैंड ओपनिंग वाले वीकली मंगाई ने, ये रेगुलर कॉस्ट $17 की रेगुलर कॉस्ट होंगे, पर की ग्रोसरी, क्योंकि जो इसका कट कई बार हो जाता तो अक्सर देखा जाता कोई 18 भी बेच रहा, 19 से बेच रहा, या $20 तक ही बेच रहा। शेर आटा सिर्फ तो सिर्फ $11.95, जी हाँ $11.95 शेर आटा, $11.95 शेर आटा, $11.95 कितों? ग्रेट पंजाब सुपरमार्केट तो, ग्रेट पंजाब सुपरमार्केट तो, एयरपोर्ट एंड ड्रिव की नुक्कर, एयरपोर्ट एंड ड्रिव की नुक्कर माल्टन गुरुद्वारा साहब के नाल। जी हाँ, ये नाल ही तुसी झात मारो, चाहे बेसन आ, चाहे तुसी बखो बख तरह के फ्लोर लेने ने, बखो बख कंपनियां, क्योंकि वरायटी बहुत आ, किसी कस्टमर की कोई प्रेफरेंस होंगी उस दे अकॉर्डिंग असी ट्राई किया ग्रेट पंजाब सुपरमार्केट, जिते कि वरायटी तुहानू बेशुमार मिलनी आ, क्वांटिटी तुहानू बेशुमार मिलनी आ। सो तुसी सारा स्टोर विजिट कर ही लिया, जिते कि साढ़े डिफरेंट एक जगह स्नैक्स ने, फ्रूट्स ने, कूलर वाली आइटम ने, फ्रोजन आइटम ने, सुक्की दालों का सैक्शन, वक्खो वक्ख सैक्शन वैल ऑर्गेनाइज नाल तरीके ने किए गए हैं, स्नैक्स तो गोल गप्पे सारे कासे दे उत्ते तुसी पाओगे भारी डिस्काउंट। एक तुहानू कई बार बच्चों का खास ट्रेंड होंदा कि जिहड़े आह आईफोन के कवर ने $30-$40 के मिलते होंगे ने, सिलीकोन केस वाले कवर ने, बहुत ही महंगे $50-$60 तक भी मार्केट मिलते हैं, ये $12.95 तुहानू इसका प्राइस मिलेगा। तुसी बहुत ही ज्यादा वरायटी फोन कवर दे विच लैना, गड्डियां दे विच तुसी जो हैंगिंग्स होंदियां ने ये भी काफ़ी महंगे महंगे होंगे ने, पर $4.95 दे विच तुसी बहुत ही सोहनिया सोहनिया जिहड़ियां कार हैंगिंग्स लै सकदे हो। इहदे नाल ही साडे जिहड़े काउंटर ने बिल्कुल रेडी ने, काफ़ी ईजी आ, जो तुसी ट्रॉली भर के आना गा ते जिथे पेमेंट दे वक्ख वक्ख मोड सारे अवेलेबल ने, उत्थे काफ़ी ईजी तुसी देख सकते हो, जो कि काफ़ी ईजी स्पेस आ, कई बार ये होंगे काफ़ी भीड़ भड़का हूँ, सो उसमें देखते हुए काफ़ी ज़्यादा स्पेसियस काउंटर ने, तुहानू जो तुसी कलैक्ट करनी है ग्रोसरी काफ़ी ईजी तुहानू होना, तो प्लास्टिक जिवें आपां देखिया कि प्लास्टिक बैन, इसलिए जो साडे जिहड़े ग्रोसरी बैग्स ने वो भी प्रॉपर रीयूजेबल ग्रोसरी बैग है, सो हम के पहुँचो ग्रेट पंजाब सुपरमार्केट।